ਅਸਲਾਮੁਅਲੈਕਮ ਕੀ ਹਾਲ ਹੈ ਦੋਸਤੋ ਸਤਿਪਿਤ ਕੈਸੀ ਹੈ ਤੇ ਅੱਜ ਦਾ ਵਲੌਗ ਕਰਨੇ ਆ ਸਟਾਰਟ ਛੰਡਾ ਆ ਚੁੱਕਾ ਹੈ ਰੇੜਾ ਵੀ ਲੈ ਆਂਦਾ ਤੇ ਛੰਡਾ ਮੇਰੇ ਤੋਂ ਡਰ ਕਿਉਂ ਰਿਹਾ ਤੇ ਇਹ ਰੇੜਾ ਤੇ ਅਸੀਂ ਪੱਠੇ ਵੜਨ ਆਇਆ ਤੇ ਰਮਜ਼ਾਨ ਭਾਈ ਦਾਤਰ ਫੇਰ ਰਹੇ ਨੇ ਰਮਜ਼ਾਨ ਭਾਈ ਨੂੰ ਮੈਂ ਸਹਾਰਿਆ ਦਾਤਰ ਫੇਰਨਾ ਇਹ ਸਹੀ ਨਹੀਂ ਫੇਰਦੇ ਤੇ ਫਿਰ ਮੈਂ ਫੇਰਨਾ ਤੇ ਦਾਤਰ ਅੱਜ ਪੱਠੇ ਕਾਫੀ ਜ਼ਿਆਦਾ ਵੜਨ ਨੇ ਮੇਰਾ ਨਾ ਮਸਲਾ ਪੇਸ਼ ਹੋਇਆ ਮੈਂ ਬੋਲ ਰਿਹਾ ਸਾ ਮੇਰੇ ਮਾਈਕ ਨਾ ਗਲਿਚ ਹੋ ਗਿਆ ਸੀ ਤੇ ਇਸ ਵਾਸਤੇ ਫਿਰ ਹੁਣ ਮੈਂ ਪਿੱਛੇ ਬੋਲ ਰਿਹਾ ਜਿਹੜੀ ਵੀਡੀਓ ਰਿਕਾਰਡਿੰਗ ਹੋ ਨਹੀਂ ਤੁਹਾਨੂੰ ਸ਼ੋਅ ਹੋ ਰਹੀ ਕਿਉਂਕਿ ਉਹ ਮਾਈਕ ਦਾ ਗਲਿਚ ਸੀ ਫਿਰ ਮੈਂ ਅੰਬੈਲ ਰੀਸਟਾਰਟ ਕੀਤਾ ਤੇ ਫਿਰ ਤੇ ਹੁਣ ਉਹ ਉੱਥੇ ਤੱਕ ਪੱਠੇ ਵੜਨੇ ਨੇ ਇਤਨੇ ਸਾਰੇ ਤੋਂ ਉਧਰ ਤੱਕ ਇਤਨਾ ਲੰਮਾ ਕਿਹੜਾ ਜਿਹੜਾ ਸਾਰਾ ਵੜਨਾ ਹੈ ਲੋ ਜੀ ਮੈਂ ਦਾਤਰ ਫੇਰ ਰਿਹਾ ਤੇ ਪੂਰੀ ਚਸ ਕੀਤੇ ਹੁੰਦਾ ਨਾ ਦਾਤਰ ਤੇਜ਼ ਹੈ ਬੜਾ ਦਾ ਸਵਾਦ ਕੀ ਥੇ ਹੁੰਦਾ ਅਗੇ ਰੇਤੀ ਪ੍ਰਾਣੀ ਹੈ ਸਹੀ ਵਜੀ ਹੋਵੇ ਤੇ ਫਿਰ ਛੋਡੇ ਲਾਏ ਲੋ ਜੀ ਤੁਹਾਨੂੰ ਪੱਠੇ ਫਾਈਏ ਇਥੋਂ ਲੱਗਿਆ ਸ਼ੁਰੂ ਹੋਣਾ ਵੇਖੋ ਮੈਂ ਗਲੀ ਜੀ ਬਣਾਈ ਉਹ ਤੁਤਾ ਕੋ ਸਾਰੇ ਵੱਡੇ ਨਾਲ ਦਾਤਰ ਨਾਲ ਤੇ ਇਹ ਰਾਈਟ ਸਾਈਡ ਤੇ ਛੋਟੀ ਜੀ ਟੱਲੀ ਰਹਿ ਗਈ ਹੈ ਇਹ ਥੋੜੇ ਜੇ ਇਹ ਥੋੜੇ ਤੇ ਨਹੀਂ ਕਾਫੀ ਜ਼ਿਆਦਾ ਨੇ ਵੀ ਪੰਜ ਮਿੰਟੇ ਤੇ ਵੀ ਲੱਗ ਜਾਣ ਨੇ ਤੇ ਫਿਰ ਲੜਾਈ ਸ਼ੁਰੂ ਕਰਾਂਦੇ ਤੇ ਦਾਤਰ ਮਾਰ ਮਾਰ ਕੇ ਹੱਥ ਤੇ ਛਾਲੇ ਵੀ ਪੈ ਗਏ ਨੇ ਨਮਾਦ ਕਾਰਨਾ ਮੈਂ ਛਾਲੇ ਬਹੁਤ ਹਾਰਡ ਵਰਕ ਹੈ ਵੇਖੋ ਤੁਸੀਂ ਚੈੱਕ ਕਰੋ ਇੱਕ ਛਾਲਾ ਪਿਆ ਹੈ ਇਹ ਵੇਖੋ ਤਾਂ ਦਰਦ ਹੋ ਰਹੀ ਹੈ ਤੇ ਇਹ ਕੁੱਤੇ ਛਾਲਾ ਪੈ ਗਿਆ ਤੋ ਮਾਸ ਲੱਗ ਗਿਆ ਸਾਨੂੰ ਉਹ ਪਤਾ ਕਿੰਨੇ ਦਰਦ ਹੁੰਦੇ ਜਦੋਂ ਛਾਲੇ ਪੈ ਜਾਣ ਤੇ ਐਸਾ ਹਸਤੇ ਵੀ ਇਹ ਛਾਲਾ ਇੱਕ ਪਿਆ ਹੈ ਐ ਨਵੇਂ ਲੂਟੇ ਦੇ ਸੱਜਣ ਪੁਰਾਣੇ ਠੀਕ ਹਾਂਜੀ ਦੋਸਤੋ ਮੈਂ ਵੀਡੀਓ ਬਣਾ ਬਣਾ ਕੇ ਥੱਕ ਗਿਆ ਤੇ ਉਹ ਵੇਖਿਆ ਅੱਜ ਕਿ ਮਾਈਕ ਹੀ ਗਲੇਚ ਹੋਇਆ ਫਿਰ ਮੈਂ ਮੋਬਾਈਲ ਨੂੰ ਰੀਸਟਾਰਟ ਕੀਤਾ ਤੇ ਮਾਈਕ ਗਲੇਚ ਬੰਦ ਹੋਇਆ ਹੁਣ ਬਾਸ ਆਣ ਲੱਗ ਗਈ ਹੈ ਬਾਕੀ ਪੱਠੇ ਤੁਸੀਂ ਚੈੱਕ ਕਰੋ ਕਿੰਨੇ ਜ਼ਿਆਦਾ ਵਾਰਡ ਲੈਣਾ ਇੱਥੋਂ ਲੈ ਕੇ ਉੱਥੋਂ ਤੱਕ ਸਾਰਾ ਦਾਤਰ ਹੀ ਫੇੜਿਆ ਤੇ ਧੂੜ ਨਿਕਲ ਗਈ ਹੈ ਮੇਰੇ ਮਜ਼ਾਨ ਬਈ ਲਦੰਦੇ ਪਹਿਨੇ ਮੈਂ ਵੀ ਲਦੰਨਾ ਸਾਸੂ ਲੈ ਲਿਆ ਹੁਣ ਲਦਨੇ ਆ ਉੱਤੇ ਨਾ ਇਹ ਦਸਤਾਨਾ ਇਹਨਾਂ ਪਾਏ ਛਾਲੇ ਅੱਗੇ ਵੇਖਾ ਦੋ ਨਿਕਲ ਆ ਰਹੇ ਨੇ ਛਾਲੇ ਤੇ ਹੁਣ ਮੈਂ ਦਸਤਾਨਾ ਪਾਇਆ ਇਸ ਵਜ੍ਹਾ ਤੋਂ ਕਿ ਛਾਲੇ ਜ਼ਿਆਦਾ ਨਾ ਨਿਕਲਣ ਲੋ ਜੀ ਰਿਹੜਾ ਬਾਹਰ ਲਿਆ ਤੇ ਜਾ ਰਹੇ ਆ ਬਾ ਚਾ ਰਿਹੜਾ ਬਰੇ ਆ ਤੇ ਬੈਟਰੀ ਮੇਰੇ ਬਾਦੀ 5% ਰਹਿ ਗਈ ਹੈ ਤੇ ਘਰ ਜਾ ਕੇ ਚਾਰੇ ਹੀ ਲਾ ਕੇ ਤੇ ਫੇਰ ਨੈਕਸਟ ਮਿਲਨੇ ਆ